ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਨਸਰ ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ, ਅਤੇ ਮੇਰੇ ਨਾਲ ਲਵਲੀ ਸਿੰਘ ਨਨਕਾਣਾ ਸਾਹਿਬ ਤੋਂ। ਤਾਰੀਖ ਨੂੰ ਪੜ੍ਹਨ ਅਤੇ ਪਰਖਣ ਦਾ ਸ਼ੌਕ ਅਤੇ 1947 ਦੀ ਵਨ ਟਾਈਮ ਉਜੜੇ ਪਰਿਵਾਰਾਂ ਦੇ ਨਾਲ ਮਿਲ ਕੇ ਉਹਨਾਂ ਲੋਕਾਂ ਦੀਆਂ ਗੱਲਾਂ, ਉਹਨਾਂ ਦੀਆਂ ਆਪ ਬੀਤੀਆਂ, ਜਿਹੜੀਆਂ 1947 ਦੀ ਵੰਡ ਵੇਲੇ ਜਿਹੜੀਆਂ ਪੀੜਾਂ ਉਹਨਾਂ ਆਪਣੇ ਪਿੰਡਿਆਂ 'ਤੇ ਹੰਡਾਈਆਂ, ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਅਤੇ ਆਉਣ ਵਾਲੀ ਨਸਲ ਲਈ ਮਹਿਫੂਜ਼ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਮੰਡੀ ਨਾਰੰਗ ਪਿੰਡ ਮੰਨਵਾਲਾ ਅਤੇ ਕਿਲ੍ਹਾ ਹਰਨਾਮ ਸਿੰਘ। ਇਹ ਅਬਾਈ ਪਿੰਡ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ। ਇਹਨਾਂ ਦੇ ਵਾਲਦ ਮੁਹਤਰਮ ਸਨ ਸਰਦਾਰ ਜੋਗਿੰਦਰ ਸਿੰਘ ਮਾਨ ਅਤੇ ਦਾਦਾ ਜੀ ਸਨ ਸਰਦਾਰ ਹਰਨਾਮ ਸਿੰਘ ਮਾਨ। ਇਹ ਕਿਲ੍ਹਾ ਇਹਨਾਂ ਦੇ ਨਾਮ ਤੋਂ ਹੀ ਵੱਜਦਾ ਹੈ। ਹੁਣ ਅਸੀਂ ਜਿੱਥੇ ਜਾ ਰਹੇ ਹਾਂ, ਇਹ ਮਾਨਾਵਾਲਾ ਪਿੰਡ ਆ, ਛੋਟਾ ਜਿੰਨਾ ਪਿੰਡ ਆ, ਜਿੱਥੇ ਮਾਨ ਫੈਮਿਲੀਜ਼ ਜਿਹੜੀਆਂ ਨੇ ਉਹ ਰਹਿੰਦੀਆਂ ਹੁੰਦੀਆਂ ਸਨ। ਇਹਨਾਂ ਇਹ ਪਿੰਡ ਵੀ ਇਸੇ ਹੀ ਪਰਿਵਾਰ ਦੇ ਵਿੱਚ ਦਾ ਹੈ। ਗੱਲ ਕਰਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਪਿੰਡ ਬਾਰੇ, ਵਿਖਾਵਾਂਗੇ ਉਹਨਾਂ ਦਾ ਪਿੰਡ, ਉਹਨਾਂ ਦੀਆਂ ਜਾਗੀਰਾਂ ਅਤੇ ਜਾਣਕਾਰੀ ਸਾਂਝੀ ਕਰਾਂਗੇ ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਵੱਡਿਆਂ ਬਾਰੇ। ਦੱਸਦਾ ਜਾਵਾਂ ਕਿ ਇਹਨਾਂ ਦੇ ਦਾਦਾ ਜੀ ਸਰਦਾਰ ਹਰਨਾਮ ਸਿੰਘ ਮਾਨ ਵੀ ਆਨਰੇਰੀ ਮੈਜਿਸਟਰੇਟ ਸਨ ਮਾਨਾਵਾਲਾ ਦੇ, ਅਤੇ ਪੜ੍ਹੇ ਹੋਏ ਸਨ ਚੀਫਸ ਕਾਲਜ ਐਚ ਈ ਸਨ ਕਾਲਜ ਲਾਹੌਰ ਦੇ। ਉੱਥੇ ਉਹਨਾਂ ਦਾ ਦਿਲ, ਜਦੋਂ ਉਹ ਆਪਣੇ ਪੜ੍ਹਾਈ ਕਰਦੇ ਸਨ, ਪੜ੍ਹਦੇ ਸਨ ਚੀਫਸ ਕਾਲਜ ਐਚ ਈ ਸਨ, ਉੱਥੇ ਉਹਨਾਂ ਦਾ ਦਿਲ ਨਾ ਲੱਗਾ ਅਤੇ ਉਹ ਆਪਣੇ ਪਿੰਡ ਵਾਪਸ ਆ ਗਏ। ਅਤੇ ਇੱਥੇ ਆ ਕੇ ਉਹਨਾਂ ਪਿੰਡ ਦੇ ਵਿੱਚ ਸਿਵਲ ਹਸਪਤਾਲ, ਵੈਟਰਨਰੀ ਹਸਪਤਾਲ, ਡਾਕਖਾਨਾ ਅਤੇ ਸਕੂਲ ਬਣਵਾਇਆ ਉਸ ਦੌਰ ਦੇ ਵਿੱਚ। ਅਤੇ ਉਹਨਾਂ ਦੇ ਪੁੱਤਰ ਸਰਦਾਰ ਜੋਗਿੰਦਰ ਸਿੰਘ ਮਾਨ ਵੀ ਐਚ ਈ ਸਨ ਕਾਲਜ ਲਾਹੌਰ ਤੋਂ ਪੜ੍ਹੇ ਅਤੇ ਰਿਟਾਇਰਡ ਲੈਫਟੀਨੈਂਟ ਕਰਨਲ ਅਤੇ ਆਨਰੇਰੀ ਮੈਜਿਸਟਰੇਟ ਸ਼ਾਹਦਰਾ ਰਹੇ। ਸਰਦਾਰ ਜੋਗਿੰਦਰ ਸਿੰਘ ਮਾਨ ਦੇ ਕਲਾਸ ਫੈਲੋ ਦੇ ਵਿੱਚ ਅਤੇ ਸਾਰਿਆਂ ਤੋਂ ਗੂੜੇ ਬੇਲੀ ਸਨ ਨਵਾਬ ਆਫ ਮਮਡੋਤ ਇਫਤਖਾਰ ਹੁਸੈਨ, ਜਿਹੜੇ ਵਜ਼ੀਰ ਆਲਾ ਪੰਜਾਬ ਪਾਕਿਸਤਾਨ 1947 ਤੋਂ 1949 ਤੱਕ ਰਹੇ ਨੇ, ਉਹਨਾਂ ਦੇ ਗੂੜੇ ਬੇਲੀਆਂ ਦੇ ਵਿੱਚੋਂ ਸਨ। ਸਰਦਾਰ ਜੋਗਿੰਦਰ ਸਿੰਘ ਮਾਨ ਦੀ ਲਾਈਫ ਅਤੇ ਇਹਨਾਂ ਦੇ ਪਰਿਵਾਰ ਬਾਰੇ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲੇ ਆਓ ਤੁਹਾਨੂੰ ਲੈ ਚੱਲਦੇ ਹਾਂ ਪਿੰਡ ਮਾਨਾਵਾਲਾ, ਜਿੱਥੇ ਇਹ ਪਰਿਵਾਰ, ਇਹਨਾਂ ਦਾ ਪਰਿਵਾਰ ਦੇ ਜਿਹੜੇ ਦੇ ਬਾਕੀ ਮੈਂਬਰਸ ਰਹਿੰਦੇ ਸਨ ਉਹ ਖਾਂਦੇ ਹਾਂ ਅਤੇ ਗੱਲਾਂ ਬਾਤਾਂ ਕਰਦੇ ਹਾਂ। ਜਿਹੜੀ ਇੱਥੇ ਇਹਨਾਂ ਦਾ ਘਰ ਸੀ, ਉਸੇ ਘਰ 'ਚ ਜਿਹੜੇ ਰਿਹਾਇਸ਼ ਪਜ਼ੀਰ ਲੋਕ ਨੇ, ਵਸਨੀਕ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਰਹਿਮਤੁਲਲਾਹ ਵਬਰਕਾਤ। ਬਾਬਾ ਕੀ ਨਾਂ ਜੇ? ਮੇਰਾ ਨਾਂ ਸਰਦਾਰ ਮੁਹੰਮਦ ਤਾਹਿਰ ਮਾਨ। ਅਤੇ ਅਸੀਂ ਅੱਜ ਇੱਥੇ ਬੈਠੇ ਹਾਂ, ਇਹ ਕਿਹੜਾ ਪਿੰਡ ਆ, ਕਿਹੜੀ ਜਗ੍ਹਾ? ਮਾਨਾਵਾਲਾ ਕਾਲਰ, ਥਾਣਾ ਨਾਰੰਗ, ਹਾਲ ਜਿਹੜੀ ਤਹਿਸੀਲ ਮਰੀਦਕੇ, ਹਾਲ ਤਹਿਸੀਲ ਮਰੀਦਕੇ, ਜ਼ਿਲ੍ਹਾ ਸ਼ੇਖੂਪੁਰਾ। ਜ਼ਿਲ੍ਹਾ ਸ਼ੇਖੂਪੁਰਾ, ਠੀਕ। ਅਤੇ ਦੱਸੋ ਆਪਣੀ, ਮੈਂ ਪੁੱਛਾਂਗਾ ਤੁਹਾਨੂੰ ਪਾਰਟੀਸ਼ਨ ਤੋਂ ਪਹਿਲੇ ਆਪਣੀ ਫੈਮਿਲੀ ਦੀ ਬੈਕਗਰਾਊਂਡ ਪਿਛੋਕੜ ਬਾਰੇ ਥੋੜ੍ਹਾ ਜਿਹਾ ਕੋ ਦੱਸੋ। ਤੁਹਾਡੇ ਟੱਬਰ 'ਚ ਕੌਣ ਕੌਣ ਸੀ? ਵੱਡਿਆਂ ਦੇ ਕੋ ਨਾਂ ਯਾਦ ਹੋਣ? ਵੱਡਿਆਂ ਦੇ ਨਾਂ ਸਰਦਾਰ ਬੁੱਧ ਸਿੰਘ ਜਰਨੈਲ ਸੀ, ਹਾਂਜੀ, ਜਾਣੀ ਸਰਦਾਰ ਰਣਜੀਤ ਸਿੰਘ ਦਾ ਜਰਨੈਲ ਸੀ, ਠੀਕ। ਉਹਨਾਂ ਦੇ ਅੱਗੋਂ ਔਲਾਦਾਂ ਹੋਈਆਂ ਮਾਨ ਸਿੰਘ, ਰਾਮਾਨ ਸਿੰਘ ਅਤੇ ਹੀਰਾ ਸਿੰਘ, ਠੀਕ। ਅਸੀਂ ਅੱਗੋਂ ਜਿਹੜਾ ਸਾਡਾ ਖਾਨਦਾਨ ਹੈ ਮਾਨ ਸਿੰਘ ਦੀ ਔਲਾਦ ਹੈ, ਮਾਨ ਸਿੰਘ ਦੀ, ਠੀਕ। ਜਿਹਨਾਂ ਵਿੱਚੋਂ ਸਰਦਾਰ ਹਰਨਾਮ ਸਿੰਘ ਹੋਇਆ, ਜੋਗਿੰਦਰ ਸਿੰਘ ਹੋਇਆ, ਬਘੇਲ ਸਿੰਘ ਹੋਇਆ, ਸਾਡੇ ਦਾਦਾ ਜੀ ਬਲਵੰਤ ਸਿੰਘ, ਬਲਵੰਤ ਸਿੰਘ, ਹਾਂ, ਇਹ ਹੋਏ। ਇਹ ਕਿੰਨਾ ਦੇ ਬਲਵੰਤ ਸਿੰਘ ਦੇ ਦਾਦਾ ਜੀ ਦੇ ਫਾਦਰ ਸਾਹਿਬ ਦਾ ਕੀ ਨਾਂ ਸੀ? ਵਾਲਦ ਸਾਹਿਬ ਦਾ ਜ਼ਹਿਨ 'ਚ ਹੋਵੇ? ਨਹੀਂ, ਸਾਡਾ ਮਾਨ ਸਿੰਘ ਦੀ ਔਲਾਦ ਹੈ ਨਾ। ਅੱਛਾ, ਠੀਕ। ਦੱਸਣ ਲਿਆਣਾ ਵੀ ਅਸੀਂ ਮਾਨ ਸਿੰਘ ਦੀ ਔਲਾਦ ਹਾਂ, ਠੀਕ। ਮਾਨ ਸਿੰਘ ਦੇ ਸਾਨ ਅੱਗੋਂ ਇਹ ਸਰਦਾਰ ਹਰਨਾਮ ਸਿੰਘ, ਜੋਗਿੰਦਰ ਸਿੰਘ, ਹਾਂਜੀ, ਅੱਗੋਂ ਆ ਗਿਆ ਸਾਡੇ ਦਾਦਾ ਜੀ ਬਲਵੰਤ ਸਿੰਘ, ਹਾਂਜੀ, ਉਹਨਾਂ ਦਾ ਚਾਚੇ ਦਾ ਪੁੱਤਰ ਸੀ ਬਘੇਲ ਸਿੰਘ, ਹਾਂ, ਉਹਨਾਂ ਦੀ ਅੱਗੋਂ ਔਲਾਦ ਮਹਿੰਦਰ ਸਿੰਘ, ਇਹ ਸਾਰੇ। ਉਹ ਮਹਿੰਦਰ ਸਿੰਘ ਹੋਣੀ ਕਿੱਥੇ ਬੈਠੇ ਹੋਣ? ਮਹਿੰਦਰ ਸਿੰਘ ਇੰਡੀਆ ਚਲੇ ਗਏ, ਠੀਕ। ਸਰਦਾਰ ਜੋਗਿੰਦਰ ਸਿੰਘ ਵੀ ਇੰਡੀਆ ਚਲੇ ਗਏ, ਸਰਦਾਰ ਹਰਨਾਮ ਸਿੰਘ ਇੱਥੇ ਹੀ ਫੌਤ ਹੋਇਆ, ਠੀਕ। ਉਹਦਾ ਕਬਰਸਤਾਨ ਹੈ ਉੱਥੇ, ਉਹਦੇ ਕਬਰ ਜਿਹੜੀ ਕਿ ਮਿਟ ਚੁੱਕੀ ਹੈ, ਠੀਕ। ਫਿਰ ਉਹ ਦਾਦਾ ਜੀ ਦੀ ਕਬਰ ਦਾ ਨਿਸ਼ਾਨ ਹੈ, ਠੀਕ। ਅਤੇ ਇਹ ਆਪਣੀ ਜਿਹੜੀ ਫੈਮਿਲੀ, ਆਪਣੇ ਵੱਡਾ ਬਜ਼ੁਰਗ, ਉਹ ਕਦੋਂ ਮੁਸਲਮਾਨ ਕਦੋਂ ਹੋਏ? ਇਹ ਆਪਣਾ ਸੰਨ ਕੋਈ 29 ਦੇ ਕਰੀਬ ਇਹ ਮੁਸਲਮਾਨ ਹੋਏ, ਠੀਕ। ਅਤੇ
ਉਹਨਾਂ ਦਾ ਨਾਂ ਰੱਖਿਆ ਗਿਆ ਸਰਦਾਰ ਅਬਦੁਲ ਰਹਿਮਾਨ। ਸਰਦਾਰ ਅਬਦੁਲ ਰਹਿਮਾਨ ਆ ਕਿਰਤੋਂ ਦੇ ਸ਼ਾਹ ਸਾਹਿਬ ਸਨ, ਵੱਡੇ ਗੁਜ਼ਰੇ ਨੇ, ਬਹੁਤ ਵੱਡੇ ਬਜ਼ੁਰਗ, ਉਹਨੇ ਦੱਸ ਤੇ ਮੁਸਲਮਾਨ ਹੋਏ ਸਨ। ਅੱਛਾ, ਦੱਸ ਦਿਓ ਕਿ ਆਪਣਾ ਇਹਨਾਂ ਦੇ ਤੁਹਾਡੇ ਤਾਇਆ ਜੀ ਜਾਂ ਚਾਚਾ ਜੀ ਜਿਹੜੇ ਇਹਨਾਂ ਦੇ ਦੁਬਾਰਾ ਫਿਰ ਚਲੇ ਗਏ ਇੰਡੀਆ ਜਾਂ ਉਹਨਾਂ ਦੀ ਕੋਈ ਸਟੋਰੀ? ਅੱਗੋਂ ਇਹਨਾਂ ਦੀਆਂ ਸਾਡੇ ਦਾਦਾ ਜੀ ਦੀਆਂ ਤਿੰਨ ਔਲਾਦਾਂ ਹੋਈਆਂ ਨਾ, ਹਾਂਜੀ, ਸਰਦਾਰ ਦੌਲਤ ਅਲੀ ਖਾਨ, ਸਰਦਾਰ ਬਸ਼ੀਰ ਅਹਿਮਦ ਸਾਡੇ ਵਾਲਦ, ਅਤੇ ਫੁੱਫੋ ਜੀ ਹਮੀਦਾ ਬੇਗਮ। ਠੀਕ, ਤਿੰਨ ਔਲਾਦਾਂ ਹੋਈਆਂ ਜਿਹਦੇ 'ਚੋਂ ਸਰਦਾਰ ਦੌਲਤ ਅਲੀ ਖਾਨ ਫਿਰ ਦੁਬਾਰਾ ਸਿੱਖ ਹੋ ਗਏ। ਠੀਕ, ਉਹਨਾਂ ਦੀ ਸ਼ਾਦੀ ਸਿੱਖਾਂ 'ਚ ਹੋ ਗਈ। ਠੀਕ, ਉਹਨਾਂ ਦੀ ਅੱਗੋਂ ਤਿੰਨ ਔਲਾਦਾਂ ਸਨ। ਇਹ ਮੈਨੂੰ ਨਾਂ ਤਾਂ ਮੈਨੂੰ ਬਣਾ ਕੇ ਉਹਨਾਂ ਦੀ ਯਾਦ ਨਹੀਂ ਹੋਊਗਾ, ਮੈਂ ਉਹਨਾਂ ਦੀ ਸ਼ਕਲਾਂ ਨਹੀਂ ਵੇਖੀਆਂ। ਠੀਕ, ਉਹ ਮੇਰੀ ਪੈਦਾਇਸ਼ ਤੋਂ ਪਹਿਲਾਂ ਹੀ, ਉਹ ਜਦੋਂ ਪਾਰਟੀਸ਼ਨ ਹੋਈ ਹੈ ਨਾ, ਅਤੇ ਸਾਡੀ ਉਹ ਜਿਹੜੀ ਸਿਤਾਈ ਉਹ ਆਪਣੇ ਪੇਕੇ ਪਿੰਡ ਗਈ ਸੀ, ਪੇਕਾ ਪਿੰਡ ਨਾਲ ਹੀ ਹੈ। ਤਾਈ ਦਾ ਕੀ ਨਾਂ? ਤਾਈ ਦਾ ਵੀ ਮੈਨੂੰ ਨਾਂ ਨਹੀਂ ਯਾਦ ਆ ਰਿਹਾ। ਠੀਕ, ਪੇਕਾ ਪਿੰਡ ਕਿਹੜਾ ਸੀ? ਬਾਰਡਰ ਦੇ ਨਾਲ ਹੀ ਆ, ਰਖੜਾ ਫਾਰਮ। ਰਖੜਾ ਫਾਰਮ, ਠੀਕ, ਉੱਥੇ ਗਈ ਸੀ ਤਾਈ। ਆਹ, ਅਤੇ ਤਾਇਆ ਜੀ ਉਦੋਂ ਜੇਲ੍ਹ ਦੇ ਵਿੱਚ ਸਨ, ਇੱਥੇ ਕੋਈ ਗਵਈਆ ਆਇਆ ਸੀ, ਉਹਨਾਂ ਡੱਕਿਆ ਵੀ ਯਾਰ ਪਿੰਡ ਦੇ ਵਿੱਚ ਗਵਾਈਂਦਾ ਨਹੀਂ, ਉਹ ਨਾ ਮੁੜਿਆ, ਉਹਨਾਂ ਕੁਹਾੜੀ ਮਾਰ ਕੇ ਉਹਦੀ ਬਾਂਹ ਵੱਢ ਛੱਡੀ, ਜਿਹਦੇ ਸਾਲ ਸਜ਼ਾ ਹੋਈ ਸੀ। ਉਹ ਫਿਰ ਪਾਰਟੀਸ਼ਨ ਹੋ ਗਈ, ਉਹ ਫਿਰ ਸਜ਼ਾ ਮੁੱਕੀ, ਸਜ਼ਾ ਮੁੱਕਣ ਤੋਂ ਬਾਅਦ ਆ ਗਿਆ ਇੱਧਰ, ਉਹ ਫਿਰ ਦੁਬਾਰਾ ਮੁਸਲਮਾਨ ਹੋ ਗਏ। ਤਾਈ ਸਾਡੀ ਆ ਨਾ ਸਕੀ, ਉੱਧਰ ਹੀ ਰਹਿ ਗਈ, ਅਤੇ ਦੁਬਾਰਾ ਉਹਨਾਂ ਦੀ ਸ਼ਾਦੀ ਪੰਨੂ ਫੈਮਿਲੀ ਹੈ ਅਮਰਾਦਪੁਰ ਦੀ, ਉਹਨਾਂ 'ਚ ਹੋਈ। ਉਹਨਾਂ ਦੀ ਫਿਰ ਇੱਕ ਔਲਾਦ ਜਿਹੜੀ ਹੈ ਉਹ ਸਿੱਖ ਹੈ, ਅਤੇ ਇੱਕ ਔਲਾਦ ਮੁਸਲਮਾਨ। ਹਾਂਜੀ, ਅਤੇ ਉਹ ਉਹਨਾਂ ਨਾਲ ਰਾਬਤਾ ਹੁੰਦਾ ਫਿਰ, ਜਿਹੜੇ ਇਹਨਾਂ ਦੀ ਫਿਰ ਉਹਨਾਂ ਦੀ ਫੈਮਿਲੀ ਉੱਧਰ ਆ ਇੰਡੀਆ? ਕਦੀ ਕਿਤੇ ਕੋਈ ਟੈਲੀਫੋਨ ਆਉਂਦਾ ਹੋਵੇ ਤਾਂ ਯਾਦ ਨਹੀਂ ਪੈਂਦਾ, ਕਦੀ ਕਿਤੇ ਕੋਈ। ਹੁਣ ਤਾਂ ਮੇਰੇ ਖਿਆਲ 'ਚ ਕਿੰਨੇ ਹੀ ਸਾਲ ਲੰਘ ਗਏ ਨੇ, ਮੇਰੇ ਖਿਆਲ 'ਚ ਕਦੀ ਕੋਲ ਨਾਲ ਰਾਬਤਾ ਕੋਲ ਨਹੀਂ। ਪਿੱਛੇ ਜਿਹਾ ਜਦੋਂ ਸੰਨ 82 'ਚ ਤੂਫਾਨ ਆਇਆ ਸੀ ਨਾ, ਉਦੋਂ ਸਰਦਾਰ ਜਗਿੰਦਰ ਸਿੰਘ ਫੌਰਨ ਬਾਅਦ ਇੱਥੇ ਆਇਆ ਸੀ। ਪਿੱਛੇ ਜਿਹਾ ਅਮਿੰਦਰ ਸਿੰਘ ਉਹ ਕੈਨੇਡਾ ਤੋਂ ਆਇਆ ਸੀ, ਅੱਬਾ ਜੀ ਦਾ ਚਾਚੇ ਦਾ ਪੁੱਤਰ, ਨਾਲ ਉਹਦੀ ਬੀਵੀ ਸੀ, ਨਾਲ ਬੇਟੀ ਸੀ। ਵੰਡਿਆ ਗਿਆ ਉੱਧਰ ਨੂੰ, ਅੱਧਾ ਮੁਸਲਮਾਨਾਂ ਦੇ ਅਤੇ ਅੱਧਾ ਸਿੱਖਾਂ ਦੇ, ਆ ਜਿਹੜੀ ਬਾਤ ਹੈ ਉੱਧਰ, ਅਤੇ ਇੱਧਰ ਸਮਝੋ ਸਿਰਫ ਸਾਡੀ ਇੱਕ ਦਾਦੇ ਦੀ ਜਿਹੜੀ ਔਲਾਦ ਸੀ ਨਾ, ਅੱਗੋਂ ਤਾਇਆ ਜੀ ਸਾਹਿਬ ਦੌਲਤ ਅਲੀ ਅਤੇ ਅੱਬਾ ਜੀ, ਅੱਗੋਂ ਅਸੀਂ ਉਹਨਾਂ ਦੀ ਔਲਾਦ 'ਤੇ ਅਸੀਂ ਜਿਹੜੇ ਦੱਸਦੇ ਹੋ ਨਾ ਤਾਇਆ ਜੀ ਦੇ ਜੇਲ੍ਹ 'ਚ ਸਨ, ਅਤੇ ਵਿਆਹ ਉੱਥੇ ਜਾ ਪਹਿਲਾਂ ਤਾਈ ਉੱਥੇ ਚਲੇ ਗਈ, ਅਤੇ ਦੁਬਾਰਾ ਫਿਰ ਇੱਥੇ ਵਿਆਹ ਵੀ, ਇੱਕ 'ਚੋਂ ਟੱਬਰ 'ਚੋਂ ਮੁਸਲਮਾਨ ਅਤੇ ਇੱਕ 'ਚੋਂ ਸਿੱਖ। ਹਾਂਜੀ, ਅਤੇ ਹੈਗੇ ਭਰਾ? ਹਾਂ, ਹੈਗੇ ਭਰਾ, ਹੈਗੇ ਭਰਾ। ਹਾਂਜੀ, ਹੈ, ਵੇਖੋ ਜੀ, ਜਿਨਸ ਜਾਣੀ ਖੂਨੀ ਰਿਸ਼ਤੇ ਨਾਲ ਤਾਂ ਭਰਾ ਨੇ। ਹਾਂਜੀ, ਉਸ ਤੋਂ ਤਾਂ ਇਨਕਾਰ ਹੀ ਕੋਈ ਨਾ, ਉਹ ਰਿਸ਼ਤਾ ਟੁੱਟ ਜਾਣਾ। ਜਾਣੀ ਸਾਡੇ ਉਹ ਤਾਏ ਦੇ ਪੁੱਤਰ ਨੇ, ਜਿਹੜੀ ਫਸਟ ਕਜ਼ਨ, ਇੱਕ ਫਸਟ ਕਜ਼ਨ ਸਿੱਖ ਨੇ, ਇੱਕ ਫਸਟ ਕਜ਼ਨ ਮੁਸਲਮਾਨ ਨੇ। ਅੱਛਾ, ਇਹ ਦੱਸੋ ਵੀ ਮੈਂ ਆਇਆ ਸਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਨੇ, ਇਹਨਾਂ ਦੇ ਸਰਦਾਰ ਜੋਗਿੰਦਰ ਸਿੰਘ ਦੇ ਪੁੱਤਰ ਅਤੇ ਹਰਨਾਮ ਸਿੰਘ ਦੇ ਪੋਤੇ, ਅਤੇ ਉਹਨਾਂ ਦਾ ਬੜਾ ਦਿਲ ਸੀ ਕਿ ਅਸੀਂ ਆਪਣਾ ਪਿੰਡ ਜਿੱਥੇ ਰਹਿ ਕੇ ਵੱਸ ਕੇ ਆਏ ਹਾਂ, ਸਾਰਿਆਂ ਦਾ ਹੁੰਦਾ ਵੇਖਣ ਦਾ, ਬਿਲਕੁਲ ਵੇਖਣ ਦਾ ਇਰਾਦਾ ਵਾ, ਅਤੇ ਮੇਰਾ ਉਹ ਤਾਂ ਹੋਏ ਪੈਦਾ ਸ਼ਿਮਲੇ, ਇਹ ਸਰਦਾਰ ਹੋਏ ਜੀ, ਸਰਦਾਰ ਜੀ ਹੁੰਦੇ ਸੀ, ਫਿਰ ਛੁੱਟੀਆਂ 'ਚ ਚਲੇ ਜਾਂਦੇ ਸੀ ਛੁੱਟੀਆਂ ਮਨਾਉਣ ਸ਼ਿਮਲੇ ਜਾਂ ਉੱਧਰ, ਅਤੇ ਉਦੋਂ ਗਏ ਸੀ ਛੁੱਟੀਆਂ ਮਨਾਉਣ, ਅਤੇ ਪਿੱਛੋਂ ਪਾਰਟੀਸ਼ਨ ਹੋ ਗਈ, ਉੱਥੇ ਇੱਥੋਂ ਲੈ ਕੇ ਗਏ ਸੀ ਮੁੰਡਾ, ਇੱਕ ਆਪਣਾ ਜਿਹੜੇ ਮੁਜ਼ਾਰੇ ਆ ਨਾ, ਜਿਹੜਾ ਤੁਸੀਂ ਬਰਵਾਲਿਆਂ ਦਾ ਦੱਸਦੇ ਜੇ, ਉਹ ਮੁਜ਼ਾਰਾ ਸੀ ਇਹਨਾਂ ਦਾ, ਮੁਹੰਮਦ ਹੁਸੈਨ ਲੱਖੀ ਦਾ, ਮੁਹੰਮਦ ਹੁਸੈਨ ਲੱਖੀ, ਹਾਂਜੀ, ਮੁਹੰਮਦ ਹੁਸੈਨ ਲੱਖੀ ਨਾਂ ਸੀ ਉਹਦਾ। ਹਾਂਜੀ, ਉਹਨੂੰ ਨਾਲ ਲੈ ਗਏ ਸੀ ਉੱਥੇ। ਅੱਛਾ, ਅਤੇ ਉਹ ਬਾਅਦ 'ਚ ਫਿਰ 50 ਜਾਂ 51 ਦੇ ਕੋਲ ਉਹਨਾਂ ਨੂੰ ਫਿਰ ਇੱਥੇ ਛੱਡ ਕੇ ਗਏ ਸੀ। ਉਹਨਾਂ ਉਹ ਮੈਂ ਪੁੱਛਦਾ ਲੱਖੀ ਦਾ ਟੱਬਰ ਜਿਹੜਾ ਵਾ ਉਹਨਾਂ ਦਾ ਖਾਨਦਾਨ ਉਹ ਉੱਥੇ ਹੀ ਹੈ, ਪਿੰਡ ਉਸ 'ਚ ਰਹਿੰਦਾ, ਕਿਲੇ ਹੀ, ਇਹ ਉੱਥੇ ਬੈਠਾ ਅਸ਼ਰਫ ਟਿੰਕੀ ਹੋਰੀ। ਅੱਛਾ, ਉਹਦੇ ਕਾ ਪੋਤਰੇ ਨੇ ਅਸ਼ਰਫ ਟਿੰਕੀ ਹੋਰੀ, ਇਹ ਹੋਰੇ ਪੋਤੜੇ ਮੈਨੂੰ ਲੱਗਦੇ ਨੇ ਜਾਂ ਪੋਤਰੇ ਪੋਤੜੇ ਨੇ। ਹਾਂਜੀ, ਬਿਲਕੁਲ। ਅੱਛਾ, ਦੂਸਰੇ ਜਿਹੜੇ ਆਪਣੇ ਤਾਏ ਦੇ ਪੁੱਤ ਨੇ ਸਿੱਖ, ਉਹਨਾਂ ਵਾਸਤੇ ਕੀ ਸੁਣਾ ਦੇਣਾ? ਉਹ ਇਹ ਵੀ ਤੁਸੀਂ ਵੀ ਯਾਰ ਕਦੀ ਮਿਲਣ ਆ ਜਾਵੋ। ਆ ਫਿਰ ਕੀ ਹੋਇਆ? ਉਹ ਨਹੀਂ, ਉਹ ਨਹੀਂ ਜੀ, ਨਹੀਂ, ਅਸਾਂ ਕਦੀ ਅਲਹਮਦੁਲਿਲਾ ਯਾਨੀ ਇਹ ਚੀਜ਼ ਨਹੀਂ ਕੀਤੀ, ਨਾ ਨਾ ਨਾ, ਯਾਨੀ ਅਸੀਂ ਚੀਜ਼ 'ਚ ਕੋਈ ਸ਼ੱਕ ਸੀ ਮੁਸਲਮਾਨ ਉਹ ਸਿੱਖ ਨੇ, ਲੇਕਿਨ ਸਾਡਾ ਖੂਨੀ ਰਿਸ਼ਤਾ ਆਪਸ ਦੇ ਵਿੱਚ। ਹਾਂਜੀ,
ਠੀਕ ਹੈ ਕਿ ਨਹੀਂ, ਬਰਾਦਰੀ ਹੈ, ਖੂਨੀ ਰਿਸ਼ਤਾ ਸਾਡਾ, ਸਾਡੀ ਰਿਸ਼ਤੇਦਾਰੀ ਆਪਸ ਦੇ ਵਿੱਚ, ਉਹ ਤਾਂ ਨਹੀਂ ਟੁੱਟ ਜਾਣੀ ਬਿਲਕੁਲ, ਅਤੇ ਖੂਨੀ ਰਿਸ਼ਤੇ ਤਾਂ ਨਹੀਂ ਟੁੱਟ ਜਾਓ, ਉਹ ਤਾਂ ਕਾਇਮ ਹੀ ਰਹਿਣੇ ਨੇ ਬਿਲਕੁਲ ਆਉਣੇ, ਉਹ ਨਹੀਂ ਆਏ, ਬਾਕੀ ਕਿਰਮੋ ਕਿਰਮੀ ਕੋਈ ਨਾ ਕੋਈ ਆ ਗਿਆ। ਅੱਛਾ ਇਹ ਦੱਸੋ ਵੀ ਆਪਣੇ ਹੁਣ ਰਿਸ਼ਤੇਦਾਰ ਤਾਂ ਹੈਗੇ ਨੇ ਸਾਰੇ, ਇੰਡੀਆ ਵੀ ਅਤੇ ਬਾਹਰ ਵੀ ਬੈਠੇ ਨੇ, ਕੈਨੇਡਾ ਵੀ ਨੇ, ਅਮਰੀਕਾ ਵੀ, ਮਿਲਣ ਨੂੰ ਦਿਲ ਕਰਦਾ ਇੰਡੀਆ ਆਉਣ ਵਾਲਾ? ਬਿਲਕੁਲ ਕਿਉਂ ਨਹੀਂ ਮਿਲਣ ਨੂੰ ਦਿਲ ਕਰਦਾ, ਵੀਜ਼ਾ ਹੀ ਕੋਈ ਨਹੀਂ ਦਿੰਦਾ, ਜੇ ਲੱਭੇ ਵੀਜ਼ਾ ਤਾਂ ਆਪਾਂ ਮਿਲਣ ਜਾਵਾਂਗੇ, ਇਨਸ਼ਾਅੱਲਾ ਚਲੇ ਜਾਵਾਂਗੇ, ਵੀਜ਼ਾ ਮਿਲ ਜਾਵੇ, ਕਿਉਂ ਵੀ ਅਸੀਂ ਤੇਰਾ ਦਿਲ ਕਰਦਾ ਬਿਲਕੁਲ। ਤੁਹਾਨੂੰ ਲੈ ਚੱਲਦੇ ਹਾਂ ਕਿਲ੍ਹਾ ਹਰਨਾਮ ਸਿੰਘ, ਜਿਹੜਾ ਇਹ ਮਾਨਾਵਾਲਾ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਹੈ, ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਟਕੇ ਜਿਹੜੇ ਆ ਉਹ ਜਿੱਥੇ ਰਹਿੰਦੇ ਸਨ, ਜਿੱਥੇ ਉਹਨਾਂ ਦੇ ਬਾਗਾਤ ਸਨ, ਜਿੱਥੇ ਉਹਨਾਂ ਦੀਆਂ ਜਗੀਰਾਂ ਸਨ। ਅਤੇ ਮੈਂ ਗੱਲ ਕਰ ਰਿਹਾ ਸਾਂ ਸਰਦਾਰ ਜੋਗਿੰਦਰ ਸਿੰਘ ਮਾਨ ਹੋਰਾਂ ਦੀ, ਪਾਰਟੀਸ਼ਨ ਤੋਂ ਪਹਿਲੇ ਸਰਦਾਰ ਜੋਗਿੰਦਰ ਸਿੰਘ ਮਾਨ ਨੂੰ ਕਹਿਣ ਲੱਗੇ ਨਵਾਬ ਆਫ ਮਮਡੋਥ, ਕਿਉਂਕਿ ਉਹਨਾਂ ਨੂੰ ਪਿਆਰ ਦੇ ਨਾਲ ਜੋਗੀ ਦੇ ਨਾਂ ਤੋਂ ਪੁਕਾਰਿਆ ਜਾਂਦਾ ਸੀ, ਨਵਾਬ ਕਹਿਣ ਲੱਗੇ ਜੋਗੀ। ਦੇਸ਼ ਵੰਡਿਆ ਜਾਣਾ ਹੈ, ਕਿਉਂ ਨਾ ਅਸੀਂ ਆਪਣੀਆਂ ਜਗੀਰਾਂ ਦਾ ਤਬਾਦਲਾ ਇੱਕ ਦੂਜੇ ਨਾਲ ਕਰ ਲਈਏ, ਕਿਉਂਕਿ ਨਵਾਬ ਹੁਣਾਂ ਦੀਆਂ ਜਗੀਰਾਂ ਵੀ ਚੜ੍ਹਦੇ ਪੰਜਾਬ ਵੱਲ ਬਹੁਤ ਜ਼ਿਆਦਾ ਸਨ, ਅਤੇ ਸਰਦਾਰ ਜੋਗਿੰਦਰ ਸਿੰਘ ਮਾਨ ਹੁਣਾਂ ਦੀ ਜਗੀਰ ਵੀ ਸਿੱਖਾਂ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਸੀ ਉਸ ਟਾਈਮ। ਅਤੇ ਸਰਦਾਰ ਜੋਗਿੰਦਰ ਸਿੰਘ ਮਾਨ ਕਹਿਣ ਲੱਗੇ, ਨਵਾਬ ਦੇਸ਼ 'ਤੇ ਵੰਡਣ ਦੀ ਗੱਲ ਮੰਨੀ ਜਾ ਸਕਦੀ ਆ, ਪਰ ਇੰਨੇ ਵੱਡੇ ਖੇਤਰ 'ਤੇ ਲੋਕਾਂ ਦੀ ਮਾਈਗ੍ਰੇਸ਼ਨ ਜਿਹੜੀ ਆ ਉਹ ਮੁਮਕਿਨ ਨਹੀਂ ਹੈ, ਅਤੇ ਮੈਂ ਇਸ ਗੱਲ ਨੂੰ ਤਸਲੀਮ ਨਹੀਂ ਕਰਦਾ। ਪਰ ਨਵਾਬ ਹੁਣਾਂ ਨੂੰ ਕੀ ਪਤਾ ਸੀ ਕਿ ਇਹ ਕਾਲੀ ਵੰਡ ਜਿਹੜੀ ਆ ਉਹ ਸਾਡੇ ਸਿਰਾਂ 'ਤੇ ਆ ਪੈਣੀ ਆ। ਸਰਦਾਰ ਜੋਗਿੰਦਰ ਸਿੰਘ ਮਾਨ ਹੋਣਾਂ ਦੇ 3 ਵਿਆਹ ਹੋਏ ਸਨ, ਪਹਿਲੀ ਉਹਨਾਂ ਦੀ ਬੀਵੀ ਵਿੱਚੋਂ ਕੋਈ ਔਲਾਦ ਨਾ ਹੋਈ, ਫਿਰ ਦੂਜਾ ਵਿਆਹ ਉਹਨਾਂ ਦੀ ਹੀ ਭੈਣ ਦੇ ਨਾਲ ਉਹਨਾਂ ਦਾ ਕਰ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚੋਂ ਸਰਦਾਰ ਮਨਜੀਤ ਸਿੰਘ ਮਾਨ ਜਿਹੜੇ ਉਹ ਪੈਦਾ ਹੋਏ, ਅਤੇ ਤੀਜਾ ਵਿਆਹ ਉਹਨਾਂ ਆਪਣੀ ਪਸੰਦ ਦਾ ਕੀਤਾ। ਸਰਦਾਰ ਜੋਗਿੰਦਰ ਸਿੰਘ ਮਾਨ ਉਹਨਾਂ ਦੇ ਟੋਟਲ 6 ਬੱਚੇ ਪੈਦਾ ਹੋਏ, ਜਿਨ੍ਹਾਂ ਵਿੱਚੋਂ 2 ਬੱਚਿਆਂ ਦੀ ਡੈਥ ਹੋ। ਸਾਰਿਆਂ ਨਾਲ ਵੱਡੇ ਸਰਦਾਰ ਮਨਜੀਤ ਸਿੰਘ ਮਾਨ, ਜੋ 1924 ਦੇ ਵਿੱਚ ਪੈਦਾ ਹੋਏ, ਉਸ ਤੋਂ ਬਾਅਦ ਉਹਨਾਂ ਦੀਆਂ 2 ਭੈਣਾਂ ਪੈਦਾ ਹੋਈਆਂ। ਸਰਦਾਰ ਉਹਨਾਂ ਦੀ ਦਾਦੀ ਸਾਹਿਬਾਂ ਦੀ ਖੁਆਇਸ਼ ਸੀ ਕਿ ਮੇਰੇ 2 ਪੋਤੇ ਹੋ ਜਾਣ, ਜੋੜੀ ਰਲ ਜਾਵੇ, ਅਤੇ ਉਹਨਾਂ 12 ਸਾਲ ਅਰਦਾਸਾਂ ਕਰਾਈਆਂ, ਅਤੇ ਉਸ ਤੋਂ ਬਾਅਦ 1945 ਦੇ ਵਿੱਚ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ, ਜੋ ਕਿ ਸ਼ਿਮਲਾ ਦੇ ਵਿੱਚ ਪੈਦਾ ਹੋਏ। ਸਰਦਾਰ ਮਨਜੀਤ ਸਿੰਘ ਮਾਨ ਵੀ ਐਚੀਸਨ ਕਾਲਜ ਲਾਹੌਰ ਤੋਂ ਪੜ੍ਹੇ, ਅਤੇ ਆਲਾ ਤਲੀਮ ਵਾਸਤੇ ਐਕਸੀਟਰ ਆਕਸਫੋਰਡ ਚਲੇ ਗਏ, ਅਤੇ ਉੱਥੇ ਜਾ ਕੇ ਉਹਨਾਂ ਦੇ ਕਲਾਸ ਫੈਲੋ ਸਨ ਨਵਾਬ ਅਕਬਰ ਬੁਕਟੀ ਅਤੇ ਜ਼ੁਲਫਕਾਰ ਅਲੀ ਭੁੱਟੋ, ਜੋ ਵਜ਼ੀਰ ਆਜ਼ਮ ਪਾਕਿਸਤਾਨ ਵੀ ਰਹਿ ਚੁੱਕੇ ਨੇ, ਇਹਨਾਂ ਦੇ ਜਿਗਰੀ ਯਾਰਾਂ ਦੇ ਵਿੱਚੋਂ ਸਨ। ਅਤੇ ਹੁਣ ਅਸੀਂ ਘੁੰਮ ਰਹੇ ਹਾਂ ਕਿਲ੍ਹਾ ਹਰਨਾਮ ਸਿੰਘ ਦੀਆਂ ਗਲੀਆਂ ਦੇ ਵਿੱਚ, ਅਤੇ ਸਾਨੂੰ ਸਿੱਧਾ ਲੈ ਚੱਲਦੇ ਹਾਂ ਬਾਬਾ ਮੁਹੰਮਦ ਹੁਸੈਨ ਦੇ ਘਰ। ਬਾਬਾ ਮੁਹੰਮਦ ਹੁਸੈਨ ਉਹ ਨੇ ਜਿਹੜੇ ਕਿ ਸਰਦਾਰ ਮਨਜੀਤ ਸਿੰਘ ਮਾਨ ਹੋਣਾਂ ਨਾਲ ਖੇਡਦੇ ਰਹੇ, ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾਂ ਨੂੰ ਉਹਨਾਂ ਹੀ ਆਪਣੀ ਗੋਦ 'ਚ ਖਿਡਾਇਆ। ਸਰਦਾਰ ਮਨਜੀਤ ਸਿੰਘ ਮਾਨ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਯਾਦਾਂ ਬੜੀਆਂ ਜੁੜੀਆਂ ਹੋਈਆਂ ਨੇ ਬਾਬਾ ਮੁਹੰਮਦ ਹੁਸੈਨ ਨਾਲ। ਇਹ ਸਾਹਮਣੇ ਜਿਹੜਾ ਤੁਸੀਂ ਘਰ ਦੇਖ ਰਹੇ ਹੋ, ਇਹ ਬਾਬੇ ਲੱਖੀ ਦਾ ਪੁੱਤਰ ਮੁਹੰਮਦ ਹੁਸੈਨ ਦਾ ਘਰ ਹੈ। ਬਾਬਾ ਮੁਹੰਮਦ ਹੁਸੈਨ ਤਾਂ 3 ਸਾਲ ਪਹਿਲੇ ਹੀ ਇਸ ਦੁਨੀਆ ਤੋਂ ਜਾ ਚੁੱਕੇ ਨੇ, ਅਤੇ ਆਪਾਂ ਮਿਲਦੇ ਹਾਂ ਉਹਨਾਂ ਦੇ ਪੁੱਤਰ ਨਾਲ ਅਤੇ ਉਹਨਾਂ ਦੇ ਭਰਾ ਦੇ ਨਾਲ, ਅਤੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਆਓ ਚੱਲਦੇ ਹਾਂ, ਤੁਹਾਨੂੰ ਸੁਣਾਉਂਦੇ ਉਹਨਾਂ ਦੀ ਗੱਲਬਾਤ। ਸਲਾਮ ਅਲੈਕੁਮ ਬਾਬਾ ਜੀ। ਵਾਲਿਕ। ਕੀ ਨਾਂ ਤੁਹਾਡਾ? ਅਮਾਨਤ ਅਲੀ। ਅਤੇ ਤੁਹਾਡੇ ਵਾਲਦ ਦਾ ਕੀ ਨਾਂ ਸੀ? ਨੱਥੇ ਖਾਂ। ਨੱਥੇ ਖਾਂ। ਅਤੇ ਉਹਨਾਂ ਦੇ ਕੋਈ ਭਾਈ ਵੀ ਸੀ ਇੱਕ ਹੋਰ ਨੱਥੇ ਖਾਂ ਦਾ, ਕੀ ਨਾਂ ਸੀ ਉਹਨਾਂ ਦਾ? ਗੁਲਾਮ ਮੁਹੰਮਦ ਲੱਖੀ ਯਾਰ ਜੀ। ਲੱਖੀ, ਬਾਬਾ ਲੱਖੀ। ਹਾਂ। ਅਤੇ ਬਰਾਦਰੀ ਕਿਹੜੀ ਆਪਣੀ? ਅਸੀਂ ਮਨਾਸ ਹਾਂ। ਠੀਕ ਹੈ, ਚੌਕੀਦਾਰ ਸੋ? ਹਾਂ। ਠੀਕ, ਇਹ ਦੱਸੋ ਪਿੰਡ ਆਪਣੇ ਜਿਹੜੇ ਸਰਦਾਰ ਇੱਥੋਂ ਦੇ ਮਾਲਕ ਰਹਿੰਦੇ ਹੁੰਦੇ ਸਨ, ਉਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਕਿਹੜੇ ਸਨ? ਸਰਦਾਰ ਜੋਗਿੰਦਰ ਸਿੰਘ। ਠੀਕ ਹੈ। ਹੈਂ। ਅਤੇ ਹਰਨਾਮ ਦੂਜਾ ਸੂਤ ਸਿੰਘ। ਅਤੇ ਅਰਜਨ ਸਿੰਘ। ਇਹ ਭਾਈ ਗੁਰਦੁਆਰੇ ਹੁੰਦਾ, ਉਹਦਾ ਨਾਂ ਭੁੱਲ ਗਿਆ। ਅੱਛਾ, ਅਤੇ ਬਾਬਾ ਲੱਖੀ ਜਿਹੜਾ ਹੁੰਦਾ ਸੀ, ਇਹ ਕਿੰਨਾ ਨਾਲ ਹੁੰਦਾ ਸੀ? ਉਹ ਇਹਦਾ ਸਰਦਾਰਾਂ ਨਾਲ ਹੁੰਦਾ ਸੀ। ਅੱਛਾ, ਉਹ ਤਬੇਲਾ ਕਿੱਥੇ ਹੁੰਦਾ ਜਿਹੜਾ ਸਾਂਭਦੇ ਹੁੰਦੇ ਸੀ? ਉਹ ਮੱਝਾਂ ਦਾ ਤਬੇਲਾ ਤਬੂਲਾ ਡੰਗਰਾਂ ਵਾਲਾ ਹੁੰਦਾ ਸੀ? ਉਹ ਉਸ ਪਾਸੇ। ਉਹ ਜਿਹੜਾ ਉਸ ਪਾਸੇ। ਠੀਕ ਹੈ, ਅਤੇ ਉਹਨਾਂ ਤੋਂ ਕੋਈ ਗੱਲਬਾਤ ਯਾਦ ਹੈ, ਕੋਈ ਦੱਸੀਆਂ ਹੋਣਗੀਆਂ ਤੁਹਾਨੂੰ ਪੁਰਾਣੀਆਂ, ਕੋਈ ਚੇਤਾ ਹੋਵੇ ਵੀ ਕਿਵੇਂ ਦਾ ਉਹਨਾਂ ਦਾ ਰਹਿਣ ਸਹਿਣ ਸੀ ਇੱਥੇ? ਉਹਨਾਂ ਦਾ ਚੰਗਾ ਸੀ। ਠੀਕ ਹੈ, ਕਿੰਨੀ ਕੁ ਜ਼ਮੀਨ ਸੀ ਸਰਦਾਰ ਦੀ? ਹਾਂਜੀ, ਆਹ 50-55 ਮਰਬੇ।
ਠੀਕ ਹੈ ਇਹਦੇ ਅਮਾਨ ਵਾਲੇ ਅਤੇ ਇਹਦੇ ਆਲੇ ਦੁਆਲੇ ਕਿਲੇ ਦੇ ਆਲੇ ਦੁਆਲੇ ਅਤੇ ਉਹ ਲਾਹੌਰ ਵੀ ਜਾਂਦੇ ਹੁੰਦੇ ਸੀ ਲਾਹੌਰ ਨਹੀਂ ਜਾਂਦੇ ਛਦਰੇ ਜਾਂਦੇ ਹਨ ਛਦਰੇ ਕੋਠੀ ਹੈ ਛਦਰੇ ਠੀਕ ਹੈ ਕੋਠੀ ਉਹਨਾਂ ਦੀ ਠੀਕ ਹੈ ਅਤੇ ਮੁਹੰਮਦ ਹੁਸੈਨ ਜਿਹੜਾ ਤੁਹਾਡਾ ਚਾਚੇ ਦਾ ਪੁੱਤ ਕਦੋਂ ਫੌਤ ਹੋ ਗਿਆ ਉਹਨੂੰ ਬਾਬਾ ਚਿਰ ਹੋ ਗਏ ਕਿਉਂ ਬਾਈ ਮੈਂ 3 ਸਾਲ ਹੋ ਗਏ 3 ਸਾਲ ਹੋ ਗਏ ਅੱਛਾ ਅੱਛਾ ਠੀਕ ਅੱਛਾ ਤੁਹਾਡਾ ਕੀ ਨਾਂ ਜੇ ਮੇਰਾ ਨਾਂ ਮੁਹੰਮਦ ਅਸ਼ਰਫ ਹੈ ਤੇ ਤੁਹਾਡੇ ਅੱਬਾ ਜੀ ਦਾ ਮੁਹੰਮਦ ਹੁਸੈਨ ਮੁਹੰਮਦ ਹੁਸੈਨ ਵੱਲ ਉਹਦੇ ਤੁਹਾਡੇ ਦਾਦਾ ਜੀ ਦਾ ਉਹਦਾ ਬਾਬਾ ਲੱਖੀ ਸੀ ਬਾਬਾ ਲੱਖੀ ਹਾਂਜੀ ਤੁਸੀਂ ਪੁੱਤਰ ਹੋ ਬਾਬੇ ਮੁਹੰਮਦ ਹੁਸੈਨ ਦੇ ਹਾਂਜੀ ਤੇ ਦੱਸੋ ਹਾਂ ਕਿਵੇਂ ਹੁੰਦੇ ਸੀ ਉਹ ਸਰਦਾਰਾਂ ਨਾਲ ਰਹਿੰਦੇ ਹੁੰਦੇ ਸੀ ਹਾਂਜੀ ਸਰਦਾਰ ਨੇ ਸਿਮਰਨਜੀਤ ਸਿੰਘ ਮਾਨ ਸਾਹਿਬ ਹਾਂਜੀ ਉੱਥੇ ਦੀ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਉਹਦੇ ਚੇਅਰਮੈਨ ਨੇ ਪ੍ਰਧਾਨ ਨੇ ਹਾਂਜੀ ਉਹ ਬੜਾ ਯਾਦ ਕਰਕੇ ਅਤੇ ਬਾਕੀ ਸਾਰੀਆਂ ਗੱਲਾਂ ਕਹਿੰਦੇ ਠੀਕ ਹੈ ਪਿੰਡ ਵੇਖਣਾ ਵਾ ਖਾਸ ਤੋਂ ਖਾਸ ਆਉਂਦੇ ਸੀ ਵੀ ਬਾਬੇ ਮੁਹੰਮਦ ਹੁਸੈਨ ਨੂੰ ਲੱਭ ਕੇ ਮੇਰੀ ਕਿਸੇ ਤਰ੍ਹਾਂ ਉਹਨਾਂ ਨਾਲ ਗੱਲ ਕਰਾ ਦਿਉ ਬਹੁਤ ਪਿਆਰ ਕਰਦੇ ਬਹੁਤ ਚਾਅ ਕਰਦੇ ਬਾਬੇ ਮੁਹੰਮਦ ਹੁਸੈਨ ਦਾ ਮੈਂ ਚਲੋ ਜੀ ਪਤਾ ਕਰਾਂਗੇ ਅਤੇ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਫੌਤ ਹੋਇਆ ਉਹਨਾਂ ਤੋਂ ਦੱਸਿਆ ਤਿੰਨ ਸਾਲ ਹੀ ਹੋ ਗਏ ਨੇ ਠੀਕ ਉਹ ਗੱਲਾਂ ਬਾਤਾਂ ਸੁਣੀਆਂ ਉਹਨਾਂ ਕੋਲੋਂ ਆਪਣੇ ਗੱਲਾਂ ਬਾਤਾਂ ਸੁਣੀਆਂ ਨੇ ਜੀ ਕਿਵੇਂ ਸੁਣੀ ਗੱਲ ਦੱਸੋ ਉਹ ਜੀ ਇੱਕ ਤਾਂ ਗੱਲ ਇਹ ਵੇ ਕਿ ਸਰਦਾਰ ਜਦੋਂ ਗਜ਼ਲ ਪੈ ਗਿਆ ਸੀ ਨਾ ਇਹ ਮੇਰੇ ਅੱਬੇ ਨਾਲ ਲੈ ਗਏ ਹਾਂ ਠੀਕ ਹੈ ਅਤੇ ਉਹ ਆ ਕੇ ਸਾਨੂੰ ਦੱਸਦੇ ਕਿੱਥੇ ਲੈ ਗਏ ਸੀ ਨਾਲ ਉੱਥੇ ਇੰਡੀਆ ਸ਼ਿਮਲੇ ਜਿੱਥੇ ਵੀ ਗਏ ਉੱਥੇ ਇੰਡੀਆ ਲੈ ਗਏ ਠੀਕ ਅਤੇ ਉਹ ਨਾ ਜਿੱਥੇ ਪੈਂਦੇ ਹੁੰਦੇ ਹਨ ਮਾਰਦੇ ਕੁੱਟਦੇ ਹਨ ਅਤੇ ਸਰਦਾਰਾਂ ਕੋਲ ਬੜੇ ਬੰਦੇ ਆਏ ਅਤੇ ਤੁਹਾਡੇ ਕੋਲ ਮੁਸਲਮਾਨ ਰਹਿੰਦਾ ਹੈ ਸਾਨੂੰ ਦਿਓ ਅਸਾਂ ਇਹਨੂੰ ਮਾਰਨਾ ਉਹਨਾਂ ਆਖਿਆ ਕਦੀ ਸੋਚਿਓ ਵੀ ਨਾ ਸਕਦਾ ਅੱਛਾ ਕਿੰਨੀ ਦੇਰ ਬਾਅਦ ਛੱਡ ਕੇ ਗਏ ਫਿਰ ਇੱਥੇ ਬਾਬੇ ਹੁਸੈਨ ਸਾਲ ਪਿੱਛੋਂ ਛੱਡ ਗਿਆ ਪਿੱਛੋਂ 48 'ਚ ਬਿਲਕੁਲ ਪੂਰਾ ਅਮਾਨ ਦੀ ਸਲਾਮਤੀ ਨਾਲ ਵਾਪਸ ਅੱਛਾ ਇਹ ਦੱਸੋ ਵੀ ਹੁਣ ਜੇ ਆਖਣ ਵੀ ਸਾਨੂੰ ਮਿਲਣਾ ਹੋ ਜਾਂ ਉਹ ਇੱਥੇ ਆਉਣਗੇ ਉੱਧਰ ਜਾਣਾ ਚਾਹੋਗੇ ਮਿਲਣ ਦੀ ਹੈ ਖਾਸ ਦਿਲ ਤਾਂ ਸਾਡਾ ਕਾਦਾ ਜਿਹੜੀਆਂ ਗੱਲਾਂ ਸੁਣਾਉਂਦੇ ਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਮਿਲੀਏ ਬੜੀ ਵਾਰੀ ਆਖਿਆ ਕਿ ਅੱਬਾ ਮੈਂ ਤਾਂ ਤੂੰ ਚੱਲਦੇ ਹਾਂ ਇੰਡੀਆ ਉਹਨਾਂ ਨੇ ਅਸੀਂ ਮੈਂ ਹੱਛਾ ਜਾਵਾਂਗੇ ਇਸ ਤਰ੍ਹਾਂ ਆਕਸ਼ਰ ਦਾ ਹੁੰਦਾ ਸੀ ਜਾ ਚੱਲਦੇ ਹਾਂ ਬਹੁਤ ਪਿਆਰ ਕਰਦੇ ਆ ਬਾਬੇ ਸਾਹਿਬ ਉਹ ਜੀ ਬਾਬੇ ਸਾਹਿਬ ਨਾਲ ਪਿਆਰ ਬੜਾ ਕਰਦੇ ਆ ਬਿਲਕੁਲ ਪਿਆਰ ਕਰਦੇ ਰਹੇ ਨੇ ਜਿਸ ਤਰ੍ਹਾਂ ਉਹਨਾਂ ਗੱਲਾਂ ਸੁਣਾਈਆਂ ਨੇ ਬੜੇ ਪਿਆਰ ਦੀਆਂ ਸੁਣਾਈਆਂ ਨੇ ਕਿ ਮੈਨੂੰ ਉਹਨਾਂ ਇਸ ਤਰ੍ਹਾਂ ਰੱਖਿਆ ਇੱਕ ਫੁੱਲਾਂ ਵਾਂਗ ਰੱਖਿਆ ਅਤੇ ਉਹਨਾਂ ਆਖਿਆ ਵੀ ਸਾਡੇ ਮੱਥੇ 'ਚੋਂ ਲੱਗੇ ਕਿਤੇ ਅਤੇ ਅਸੀਂ ਇਹਦੇ ਮੁੰਡੇ ਕਿਤੇ ਬਾਹਰ ਘਲਾ ਦਈਏ ਜਾਂ ਉਹ ਮਾੜੇ ਨੇ ਜਾਂ ਕਿਸ ਹਾਲ 'ਚ ਨੇ ਇਸ ਗੱਲ ਦਾ ਅਤੇ ਉਹ ਤਾਂ ਹੁਣ ਅੱਲਾਹ ਨੂੰ ਪਤਾ ਨਾ ਅਸੀਂ ਮਾੜੇ ਹਾਂ ਕਿ ਤਗੜੇ ਅੱਛਾ ਸਰਦਾਰ ਮਨਜੀਤ ਸਿੰਘ ਹੋਣਾ ਦਾ ਤੁਹਾਨੂੰ ਪਤਾ ਵਾ ਉਹਨਾਂ ਦੇ ਦੋ ਉਹਨਾਂ ਦੀਆਂ ਭੈਣਾਂ ਸਨ ਅਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਦਾਦੀ ਸਾਹਿਬਾ ਸਨ ਉਹਨਾਂ ਦੀ ਖਾਹਿਸ਼ ਸੀ ਕਿ ਮੇਰੇ ਦੋ ਪੋਤਰੇ ਹੋ ਜਾਣ ਅਤੇ ਉਹ 12 ਸਾਲ ਕਹਿੰਦੇ ਆ ਕਿ ਰੱਬ ਅੱਗੇ ਦੁਆ ਕਰਦੇ ਅਰਦਾਸ ਕਰਦੇ ਰਹੇ ਕਿ ਸਾਡਾ ਇੱਕ ਪੋਤਰਾ ਮੇਰਾ ਇੱਕ ਹੋਰ ਹੋ ਗਿਆ ਫਿਰ 1945 ਦੇ ਵਿੱਚ ਇੱਕ ਹੋਰ ਪੁੱਤ ਹੋਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਹਾਂਜੀ ਉਹ ਜਿਹੜੇ ਸਿਮਰਨਜੀਤ ਸਿੰਘ ਮਾਨ ਹੈ ਅਤੇ ਤੁਹਾਡੇ ਅੱਬਾ ਜੀ ਮੁਹੰਮਦ ਹੁਸੈਨ ਹੋਣੀ ਉਹ ਖੇਡਦੇ ਰਹੇ ਉਹਨਾਂ ਨੂੰ ਖਿਡਾਉਂਦੇ ਰਹੇ ਆ ਅਤੇ ਉਹਨਾਂ ਨੂੰ ਉਹ ਗੱਲ ਨਹੀਂ ਭੁੱਲਦੀ ਕਹਿੰਦੇ ਵੀ ਉਹ ਮੁਹੰਮਦ ਹੁਸੈਨ ਜਿਹੜਾ ਨਾ ਉਹਦੇ ਨਾਲ ਦਾ ਬੰਦਾ ਦੁਨੀਆਂ 'ਚ ਨਹੀਂ ਹੈਗਾ ਬਿਲਕੁਲ ਜੀ ਉਹਨਾਂ ਬੜਾ ਪਿਆਰ ਕਰਦੇ ਆ ਬਿਲਕੁਲ ਉਹ ਸਹੀ ਕਿਸੇ ਨਾਲ ਪਿਆਰ ਕਰਦੇ ਸਨ ਸਾਡੇ ਵਿੱਚ ਤਾਂ ਪਿਆਰ ਇੰਨਾ ਅਖਲਾਕ ਨਹੀਂ ਹੈਗਾ ਮੁਸਲਮਾਨਾਂ 'ਚ ਅਤੇ ਉਹਨਾਂ ਵਿੱਚ ਅਖਲਾਕ ਹੈ ਸੀ ਉੱਚੀ ਥੋੜ੍ਹਾ ਬੋਲਣਾ ਉਹਨਾਂ ਵਿੱਚ ਅਖਲਾਕ ਹੈ ਸੀ ਅੰਗ ਪਾਲ ਵੀ ਸਨ ਉਹ ਬੰਦੇ ਨੂੰ ਵਹਿੰਦੇ ਵੀ ਸਨ ਅਤੇ ਛੱਡਦੇ ਨਹੀਂ ਸਨ ਕਿਸੇ ਦਾ ਆਹ ਇੱਥੇ ਸਰਦਾਰ ਨੇ ਉਹਨਾਂ ਦੇ ਨਾਲ ਵੀ ਕੋਈ ਹੋਵੇ ਇਹ ਵੀ ਉਹਨਾਂ 'ਚੋਂ ਹੀ ਨੇ ਹਾਂਜੀ ਇਹ ਵੀ ਉਹਨਾਂ ਸਰਦਾਰਾਂ 'ਚੋਂ ਨੇ ਉੱਥੋਂ ਇੰਡੀਆ 'ਚੋਂ ਸਰਦਾਰ ਆਉਂਦੇ ਨੇ ਮੈਨੂੰ ਉਹ ਬੜਾ ਪਿਆਰ ਕਰਦੇ ਨੇ ਮੇਰੇ ਨਾਲ ਉਹ ਵੀ ਆਉਂਦੇ ਨੇ ਅਤੇ ਇਹ ਉਹਨਾਂ ਦੀ ਔਲਾਦ ਖੁਰੇ ਉੱਥੇ ਇੰਡੀਆ 'ਚ ਰਹਿੰਦੀ ਅਤੇ ਉਹ ਆਉਂਦੇ ਨੇ ਸਾਡੇ ਅਸੀਂ ਤੇਰਾ ਖਰਚਾ ਚੁੱਕਦੇ ਹਾਂ ਅਤੇ ਅਸੀਂ ਤੇਰੇ ਅੱਬੇ ਨੂੰ ਵੀ ਖਾਣੇ ਹਾਂ ਤੈਨੂੰ ਵੀ ਖਾਣੇ ਹਾਂ ਸਾਡੇ ਨਾਲ ਚੱਲ ਲੈ ਕੇ ਜਾਵਾਂਗੇ ਵੀਡੀਓ ਉਹਨਾਂ ਤੱਕ ਪਹੁੰਚਣੀ ਆ ਜਾਏਗੀ ਅਤੇ ਆਪਾਂ ਤੁਹਾਨੂੰ ਉੱਥੇ ਘਲਾਵਾਂਗੇ ਮਿਲ ਗਿਆ ਉਹਨਾਂ ਦਾ ਦਿਲ ਵੀ ਕਰਦਾ ਇੰਨਾ ਮਿਲਣ ਵਾਸਤੇ ਉਹ ਤਾਂ ਜਿਹੜੇ ਨੇ ਇੱਕ ਸਿਆਸੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਦੇ ਚੇਅਰਮੈਨ ਨੇ ਬੜੇ ਮਾਸ਼ਾਅੱਲਾ ਰੱਬ ਨੇ ਬੜਾ ਨਵਾਜਿਆ ਉਹਨਾਂ ਨੇ ਬੜੇ ਵੱਡੇ ਆਦਮੀ ਨੇ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਸਾਹਿਬ ਅੱਲਾਹ ਪਾਕ ਉਹਨਾਂ ਨੂੰ ਰੱਬ ਨੂੰ ਹਯਾਤੀ ਦੇਵੇ ਤੰਦਰੁਸਤੀ ਦੇਵੇ ਹੈ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਉਹਨਾਂ ਸੁਨੇਹਾ ਇਹ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਮਿਲਣ ਜਾਂ ਮਿਲਾ ਲੈਣ ਜਾਂ ਤੁਹਾਨੂੰ ਬੁਲਾ ਲੈਣ ਜਾਂ ਸਾਨੂੰ ਬੁਲਾ ਲੈਣ ਜਾਂ ਸਾਡੇ ਕੋਲ ਆ ਜਾਣ ਵਾਲਾ ਸਾਹਿਬ ਤਾਂ ਤੁਹਾਡੇ ਰਹੇ ਨਹੀਂ ਵਾਲਾ ਸਾਹਿਬ ਮੇਰੇ ਨਹੀਂ ਰਹੇ ਵੀ ਰਹੇ ਨਹੀਂ ਉਹ ਤਾਂ ਦੁਨੀਆਂ ਤੋਂ ਚਲੇ ਗਏ ਚਲੇ ਗਏ
ਤੇ ਆਓ ਹੁਣ ਤੁਹਾਨੂੰ ਵਿਖਾਨੇ ਆ ਉਹ ਜਗ੍ਹਾ ਉਹ ਥਾਂ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਮਨਜੀਤ ਸਿੰਘ ਮਾਨ ਸਰਦਾਰ ਜੋਗਿੰਦਰ ਸਿੰਘ ਮਾਨ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਉਹ ਜਗ੍ਹਾ ਜਿੱਥੇ ਉਹ ਰਹਿੰਦੇ ਰਹੇ ਉਹਨਾਂ ਦਾ ਘਰ ਸੀ ਮਹਿਲ ਸੀ ਕੋਠੀ ਸੀ ਇਹ ਸਾਹਮਣੇ ਜੋ ਤੁਸੀਂ ਵੇਖ ਰਹੇ ਹੋ ਇਹਨਾਂ ਦਾ ਤਬੇਲਾ ਹੁੰਦਾ ਸੀ ਜਿੱਥੇ ਉਹਨਾਂ ਦੇ ਡੰਗਰ ਵਗੈਰਾ ਵੱਜਦੇ ਹੁੰਦੇ ਸਨ ਘੋੜੀਆਂ ਮਾਲ ਡੰਗਰ ਜਿਹੜਾ ਉਹਨਾਂ ਰੱਖਿਆ ਹੁੰਦਾ ਸੀ ਅਤੇ ਇਸੇ ਹੀ ਤਬੇਲੇ ਦੇ ਇੰਚਾਰਜ ਸਨ ਬਾਬਾ ਲੱਖੀ ਮੁਹੰਮਦ ਸੈਨ ਦੇ ਜਿਹੜੇ ਵਾਲਦ ਨੇ ਅਤੇ ਹੁਣ ਜਿਹੜੀ ਤੁਹਾਨੂੰ ਜਗ੍ਹਾ ਵਿਖਾਉਣ ਜਾ ਰਿਹਾ ਇਸੇ ਹੀ ਜਗ੍ਹਾ ਜਿਹੜੀ ਆ ਤੁਹਾਨੂੰ ਕੋਠੀ ਘਰ ਨਜ਼ਰ ਆ ਰਿਹਾ ਇਸੇ ਹੀ ਜਗ੍ਹਾ 'ਤੇ ਮੇਨ ਜਗ੍ਹਾ ਜਿੱਥੇ ਸਰਦਾਰ ਹੋਣਾ ਦਾ ਜੋਗਿੰਦਰ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਮਨਜੀਤ ਸਿੰਘ ਮਾਨ ਹੋਣਾ ਦਾ ਹੀ ਹਵੇਲੀ ਹੁੰਦੀ ਸੀ ਇਹ ਉਹੀ ਜਗ੍ਹਾ ਵਾ ਜਿੱਥੇ ਹੁਣ ਗੁੱਜਰ ਬਰਾਦਰੀ ਜਿਹੜੀ ਆ ਉਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਹੈ ਘਰ ਦੇ ਬਿਲਕੁਲ ਸਾਹਮਣੇ ਜਿਹੜੀ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਜਗ੍ਹਾ ਇੱਕ ਦੀਵਾਰ ਆ ਗੁਰਦੁਆਰਾ ਸਾਹਿਬ ਦੀ ਜਿਹੜਾ ਉਹਨਾਂ ਦੀ ਹਵੇਲੀ ਦੇ ਬਿਲਕੁਲ ਅਪੋਜ਼ਿਟ ਸਾਈਡ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਉਹ ਹੈ ਸੀ ਇੱਕ ਦੀਵਾਰ ਇੱਕ ਕੰਧ ਅੱਜ ਵੀ ਮੌਜੂਦ ਹੈ ਸਲਾਮ ਅਲੈਕੁਮ ਬਾਬਾ ਜੀ ਵਾਲੈਕੁਮ ਸਲਾਮ ਜੀ ਕੀ ਨਾਂ ਜੀ ਤੁਹਾਡਾ ਮੰਮੀ ਯੂਨਸ ਯੂਨਸ ਅਤੇ ਉਮਰ ਕਿੰਨੀ ਕੁ ਹੋ ਗਈ ਆ ਉਮਰ ਹੋ ਹੀ ਗਈ ਹੈ ਜੀ ਕੋਈ 85 ਕੁ ਸਾਲ ਦੀ ਅੱਛਾ ਜਿਹੜੇ ਘਰ 'ਚ ਤੁਸੀਂ ਰਹਿੰਦੇ ਹੋ ਹਾਂਜੀ ਇਸ ਵੇਲੇ ਜਿੱਥੇ ਅਸੀਂ ਹੁਣ ਬੈਠੇ ਹਾਂ ਹਾਂਜੀ ਇੱਥੇ ਕਦੋਂ ਆਏ ਜੇ ਅਸੀਂ ਜੀ ਆਏ ਹਾਂ ਗਜਰ ਵਾਲੇ ਸਾਲ ਦੇ ਜਿਹੜੇ ਦੁਨੀਆਂ ਉੱਧਰ ਉੱਧਰ ਹੀ ਗਈ ਆ 47 ਜੀ ਆਏ ਜੀ ਹਾਂ ਉਦੋਂ ਦੇ ਅੱਛਾ ਇਹਦੇ ਇਸ ਘਰ 'ਚ ਕਿਵੇਂ ਦੀ ਸੀ ਬਿਲਡਿੰਗ ਜਾਂ ਹਵੇਲੀ ਕਿਹਦਾ ਸੀ ਪਤਾ ਹਾਂਜੀ ਸਾਨੂੰ ਸਾਰਾ ਹੀ ਪਤਾ ਆਹ ਜਿਹੜਾ ਕਿਲ੍ਹਾ ਨਾ ਇਹਦੇ ਵਿੱਚ ਹੈਗਾ ਸੀ ਚਫੇਰੇ ਇੱਕ ਇੱਕ ਕੋਠੜੀ ਸੀ ਅਤੇ ਉਰਲੇ ਪਾਸੇ ਹੈਗਾ ਸੀ ਬਰਾਂਡੇ ਇੱਥੇ ਅਤੇ ਆਸ ਪਾਸੇ ਵੀ ਜਿਹੜਾ ਸੀ ਨਾ ਆਹ ਥਾਂ ਇਸ ਪਾਸੇ ਹੈਗੀਆਂ ਸੀ ਅਤੇ ਉੱਤੇ ਹੇਠਾਂ ਕੋਠੇ ਹਨ ਅਤੇ ਉੱਤੇ ਚੁਬਾਰੇ ਹਨ ਅਤੇ ਦੋ ਇੱਕ ਪੌੜੀ ਆਸ ਪਾਸੇ ਸੀ ਇੱਕ ਉਸ ਪਾਸੇ ਅਤੇ ਉਹ ਸਾਹਮਣੇ ਕੀ ਹੈ ਇਹ ਉੱਥੇ ਵੀ ਚੁਬਾਰਾ ਸੀ ਜੀ ਗੁਰਦੁਆਰਾ ਉਹ ਗੁਰਦੁਆਰਾ ਸੀ ਉਦੋਂ ਦਾ ਗੁਰਦੁਆਰਾ ਉਹ ਗੁਰਦੁਆਰਾ ਅਤੇ ਕਿੰਨਾ ਦਾ ਸੀ ਕੋਈ ਪਤਾ ਹਾਂਜੀ ਕਿੰਨਾ ਦਾ ਇਹ ਸਰਦਾਰ ਜੋਗਿੰਦਰ ਸਿੰਘ ਦਾ ਸੀ ਸਰਦਾਰ ਜੋਗਿੰਦਰ ਸਿੰਘ ਦਾ ਹਾਂ ਅੱਗੋਂ ਆਉਂਦੇ ਸੀ ਬਈ ਉਦੋਂ ਇੱਥੇ ਗੱਲਾਂ ਕਰਦੇ ਹਨ ਪਰ ਪਹਿਲਾਂ ਆ ਗਿਆ ਸੀ ਸਰਦਾਰ ਹਰਨਾਮ ਸਿੰਘ ਠੀਕ ਅਤੇ ਮੁੜ ਕੇ ਆ ਜੋਗਿੰਦਰ ਸਿੰਘ ਠੀਕ ਇਹ ਫਿਰ ਜੋਗਿੰਦਰ ਸਿੰਘ ਵੀ ਇੱਥੇ ਮੁੜ ਕੇ ਰਾਜ ਸੀ ਜਦੋਂ ਉਹ ਗਿਆ ਉਹ ਜਦੋਂ ਇੱਥੋਂ ਗਿਆ ਨਾ ਉਦੋਂ ਆਉਂਦੇ ਸੀ ਉਹਦੇ ਕੋਲ 6 ਮਹੀਨੇ ਗੇਤਰਾ ਹੀ ਤੁਰ ਗਿਆ ਸੀ 6 ਮਹੀਨੇ ਪਹਿਲਾਂ ਹਾਂ 6 ਮਹੀਨੇ ਪਹਿਲਾਂ ਹੀ ਜਦੋਂ ਇਹਦਾ ਪਿਓ ਆਇਆ ਸੀ ਨਾ ਆਉਂਦੇ ਉਹ ਸੈਨ ਆਉਂਦਾ ਜੀ 6 ਮਹੀਨੇ ਸੀ ਪਹਿਲਾਂ ਮੈਂ ਗਿਆ ਹਾਂ ਅਤੇ ਲੱਖੀ ਦਾ ਮੁੰਡਾ ਆਇਆ ਹਾਂ ਜੀ ਸੈਨ ਜਦੋਂ ਲੱਖੀ ਦਾ ਮੁੰਡਾ ਆਇਆ ਅਤੇ ਉਦੋਂ ਸਾਨੂੰ ਅੱਛਾ ਤੁਸੀਂ ਦੱਸਣ ਡੇ ਸੋ ਸੈਨ ਸੈਨ ਦੀ ਗੱਲ ਸੈਨ ਉਹ ਜਦੋਂ ਸੈਨ ਇੱਥੇ ਆ ਗਿਆ ਨਾ ਸੈਨ ਕਿਹਦਾ ਮੁੰਡਾ ਹੈ ਬਾਬੇ ਲੱਖੀ ਦਾ ਬਾਬੇ ਲੱਖੀ ਦਾ ਕਿਹੜੀ ਬਰਾਦਰੀ ਉਹ ਜੀ ਚੌਂਕੀਦਾਰ ਬਰਵਾਲੇ ਅੱਛਾ ਬਰਵਾਲੇ ਬਰਵਾਲੇ ਅੱਛਾ ਠੀਕ ਕੀ ਦੱਸਿਆ ਨਾ ਉਹ ਆਉਂਦਾ ਸੀ ਵੀ ਅਸੀਂ ਇੱਥੋਂ ਚਲੇ ਜਦੋਂ ਗਜਰ ਪਿਆ ਨਾ ਉਦੋਂ ਗਿਤਰੇ ਗਏ 6 ਮਹੀਨੇ ਆਉਂਦੇ ਅਸੀਂ ਚਲੇ ਗਏ ਸ਼ਿਮਲੇ ਸ਼ਿਮਲੇ ਹਾਂ ਉਹ ਸਾਨੂੰ ਦੱਸਦੇ ਰਹੇ ਵੀ ਅਸੀਂ ਸ਼ਿਮਲੇ ਚਲੇ ਗਏ ਅਤੇ ਆਖਣ ਲੱਗਾ ਫਿਰ ਉੱਥੇ ਮੈਨੂੰ ਨਾ ਕੋਠੀ 'ਚੋਂ ਆਠੇ ਜਿਹੜੇ ਗਜਰ ਵੀ ਪੈ ਗਿਆ ਉਦੋਂ ਆਖਣ ਲੱਗਾ ਅਤੇ ਦੁਨੀਆ ਵੱਢਣ ਟੁੱਕਣ ਲੱਗ ਪਈ ਇੱਕ ਦੂਜੇ ਨੂੰ ਆਖਣ ਲੱਗਾ ਮੈਨੂੰ ਉੱਥੇ ਨਾ ਉਹਨਾਂ ਨੇ ਵਾੜ ਛੱਡਿਆ ਉੱਥੇ ਕੋਠੀ 'ਚ ਪਰ ਬਾਹਰ ਉਹਨਾਂ ਆਖਿਆ ਸਰਦਾਰ ਨੇ ਵੀ ਬਾਹਰ ਨਾ ਕਿਤੇ ਨਿਕਲਿਓ ਮੁੜ ਕੇ ਕੋਈ ਫੜ ਲਏਗਾ ਉਹ ਆਖਦਾ ਮੈਂ ਨਹੀਂ ਬਾਹਰ ਨਿਕਲਿਆ ਅਤੇ ਮੈਨੂੰ ਉਂਝ ਮੈਂ ਡਰਨਾ ਬੜਾ ਵੀ ਇੱਥੇ ਹੁਣ ਮੈਨੂੰ ਇਕੱਲਾ ਹੀ ਆ ਮੈਨੂੰ ਮਾਰ ਦੇਗਾ ਕੋਈ ਆਖਣ ਲੱਗਾ ਮੈਂ ਮੁੜ ਕੇ ਨਾ ਇੱਥੇ ਲਿਆਂਦਾ ਉਹਨਾਂ ਨੇ ਕੋਈ ਮੇਰਾ ਖਿਆਲ 2-4 ਸਾਲੀਆਂ ਆਇਆ ਸੀ ਸੈਨ ਕੋਈ ਵਾਹਵਾ ਚਿਰ ਪਿੱਛੋਂ ਆਇਆ ਸੀ ਉੱਧਰ ਹੀ ਰਿਹਾ ਆਖਣ ਲੱਗਾ ਮੈਂ ਜਦੋਂ ਆਇਆ ਨਾ ਇੱਥੇ ਅਤੇ ਫਿਰ ਮੈਨੂੰ ਵਾਘੇ ਵਾਲਾ ਬਾਰਡਰ ਜਿਹੜਾ ਨਾ ਉਹਨਾਂ ਗਾਹ ਲੰਘਾ ਤਾ ਅਤੇ ਮੈਂ ਇੱਥੇ ਆ ਗਿਆ ਥੈਂਕ ਯੂ
ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਇਸ ਪਰਿਵਾਰ ਦੇ ਪਿਛੋਕੜ ਬਾਰੇ। ਇਸ ਪਰਿਵਾਰ ਦਾ ਪਿਛੋਕੜ ਸ਼ੁਰੂ ਹੁੰਦਾ ਹੈ ਬਾਬਾ ਡੱਡਾ ਸਿੰਘ ਤੋਂ। ਬਾਬਾ ਡੱਡਾ ਸਿੰਘ ਦਿੱਲੀ ਰਹਿੰਦੇ ਹੋਣੇ ਹੁੰਦੇ ਸਨ ਅਤੇ ਉਸ ਟਾਈਮ ਉੱਥੇ ਭੁੱਖਮਾਰੀ ਪੈ ਗਈ, ਕਹਿਤ ਪੈ ਗਿਆ ਅਤੇ ਬਾਬਾ ਡੱਡਾ ਸਿੰਘ ਉੱਠ ਕੇ ਉੱਥੋਂ ਗੁਜਰਾਂਵਾਲੇ ਆ ਗਏ ਅਤੇ ਇੱਥੇ ਆ ਕੇ ਇੱਕ ਪਿੰਡ ਮਾਣ ਵਸਾਇਆ ਅਤੇ ਉਹਦੇ ਮੁਖੀ ਬਣੇ। ਫਿਰ ਮੁਗਲੀਆ ਸਲਤਨਤ ਨੇ ਆ ਕੇ ਇਸ ਪਿੰਡ 'ਤੇ ਕਬਜ਼ਾ ਕਰ ਲਿਆ। ਬਾਬਾ ਡੱਡਾ ਸਿੰਘ ਦੇ ਖੋਰ ਪੜਪੋਤੇ ਹੋਏ ਨੇ ਨਿੱਕਾ ਸਿੰਘ ਮਾਣ। ਨਿੱਕਾ ਸਿੰਘ ਮਾਣ ਨੇ ਵੀ ਇੱਕ ਪਿੰਡ ਵਸਾਇਆ ਨਿੱਕਾ ਮਾਣ ਦੇ ਨਾਂ ਤੋਂ। ਫਿਰ ਛੇਤੀ ਹੀ ਹਕੂਮਤ ਵਕਤ ਨੇ ਇਸ ਪਿੰਡ ਨੂੰ ਵੀ ਸੈਂਟਰਲਾਈਜ਼ ਕਰ ਲਿਆ। ਉਸ ਟਾਈਮ ਅਮੀਰ ਹਮਜ਼ਾ ਗਵਰਨਰ ਸੀ ਐਮਨਾਬਾਦ ਦਾ, ਉਹਨੇ ਇਹ ਪਿੰਡ ਆਪਣੇ ਪੁੱਤਰ ਨੂੰ ਦੇ ਦਿੱਤਾ ਅਤੇ ਉਹਨੇ ਇੱਥੇ ਇੱਕ ਨਵਾਂ ਪਿੰਡ ਮੁਗਲ ਚੱਕ ਦੇ ਨਾਂ ਤੋਂ ਵਸਾਇਆ। ਉਸ ਤੋਂ ਬਾਅਦ ਫਿਰ ਇਹ ਪਿੰਡ ਮਾਨ ਪਰਿਵਾਰ ਨੇ ਖਰੀਦ ਲਿਆ ਅਤੇ ਇੱਥੇ ਹੀ ਰਹਿਣ ਲੱਗ ਗਏ। ਇਸ ਹੀ ਪਰਿਵਾਰ ਵਿੱਚੋਂ ਹੋਏ ਨੇ ਸਰਦਾਰ ਸਰਜਾ ਸਿੰਘ ਮਾਨ। ਸਰਦਾਰ ਸਰਜਾ ਸਿੰਘ ਮਾਨ ਦੇ ਚਾਰ ਪੁੱਤਰ ਹੋਏ ਨੇ, ਸਰਦਾਰ ਜੀਤ ਸਿੰਘ, ਸਰਦਾਰ ਮਾਨਾ ਸਿੰਘ, ਸਰਦਾਰ ਨਰ ਸਿੰਘ ਅਤੇ ਸਰਦਾਰ ਪਹਾੜਾ ਸਿੰਘ। ਅਸੀਂ ਜਿਸ ਪਰਿਵਾਰ ਦੀ ਗੱਲ ਕਰ ਰਹੇ ਹਾਂ ਉਹ ਸਰਦਾਰ ਮਾਨਾ ਸਿੰਘ ਦੇ ਪਰਿਵਾਰ ਵਿੱਚੋਂ ਹੈ। ਅਤੇ ਹੁਣ ਅਸੀਂ ਪਹੁੰਚ ਗਏ ਹਾਂ ਨਾਰੰਗ ਮੰਡੀ ਦੇ ਮੇਨ ਗੇਟ 'ਤੇ। ਨਾਰੰਗ ਮੰਡੀ ਦਾ ਇਹੀ ਮੇਨ ਗੇਟ ਜਾਂਦਾ ਹੈ ਸਿੱਧਾ ਰੇਲਵੇ ਸਟੇਸ਼ਨ 'ਤੇ, ਜਿੱਥੋਂ ਕਿ ਲੰਘ ਕੇ ਸਰਦਾਰ ਜੋਗਿੰਦਰ ਸਿੰਘ ਮਾਨ ਆਪਣੀ ਅਦਾਲਤ ਲਈ ਰੇਲਵੇ ਸਟੇਸ਼ਨ 'ਤੇ ਘੋੜੇ 'ਤੇ ਜਾਂਦੇ ਹੁੰਦੇ ਸਨ। ਅਤੇ ਇਸ ਰੇਲਵੇ ਸਟੇਸ਼ਨ 'ਤੇ ਆ ਕੇ ਉਹ ਘੋੜਾ ਖੜ੍ਹਾ ਕਰਦੇ ਸਨ ਅਤੇ ਇੱਥੇ ਖੜ੍ਹੇ ਜ਼ੈਲਦਾਰ ਉਹਨਾਂ ਨੂੰ ਰਿਸੀਵ ਕਰਕੇ ਟ੍ਰੇਨ 'ਚ ਬਿਠਾਉਂਦੇ ਸਨ। ਅਤੇ ਜਦੋਂ ਉਹ ਜਾ ਕੇ ਸ਼ਾਦਰੇ ਉਤਰਦੇ ਸਨ ਅਤੇ ਸ਼ਾਦਰੇ ਜਾ ਕੇ ਉਹਨਾਂ ਦਾ ਜ਼ੈਲਦਾਰ ਉਹਨਾਂ ਨੂੰ ਰੈਨਕਿਨਸ, ਜਿਹੜਾ ਕਿ ਉਦੋਂ ਅੰਗਰੇਜ਼ ਗੌਰਮੈਂਟ ਨੇ ਜਿਹੜਾ ਲਿਬਾਸ ਆ ਉਹ ਮਖਸੂਸ ਕੀਤਾ ਹੁੰਦਾ ਸੀ ਉਹ ਪਾਉਂਦੇ ਸਨ ਅਤੇ ਉੱਥੋਂ ਬੱਗੀ 'ਤੇ ਆਪਣੀ ਅਦਾਲਤ ਤੱਕ ਪਹੁੰਚਦੇ ਹੁੰਦੇ ਸਨ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਧੰਨਵਾਦ ਕਰਦਾ ਸਰਦਾਰ ਗੁਰਵਿੰਦਰ ਸਿੰਘ ਸਿੱਧੂ ਸਾਹਿਬ ਦਾ, ਐਡਵੋਕੇਟ ਸਾਹਿਬ, ਜਿਨ੍ਹਾਂ ਸਾਨੂੰ ਇਸ ਸਕ੍ਰਿਪਟ ਲਿਖਣ 'ਚ ਸਾਡੀ ਭਰਪੂਰ ਮਦਦ ਕੀਤੀ। ਅਤੇ ਮੈਂ ਨਾਲ ਦੀ ਨਾਲ ਸ਼ੁਕਰੀਆ ਅਦਾ ਕਰਦਾ ਸਰਦਾਰ ਬੂਟਾ ਸਿੰਘ ਖਰੂੰਡ ਹੁਣਾਂ ਦਾ ਅਤੇ ਸਰਦਾਰ ਸਰਬਜੀਤ ਸਿੰਘ ਹੁਣਾਂ ਦਾ, ਜਿਹੜੇ ਮੀਡੀਆ ਐਡਵਾਈਜ਼ਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਉਹਨਾਂ ਵੀ ਸਾਨੂੰ ਰਿਕੁਐਸਟ ਕੀਤੀ ਕਿ ਤੁਸੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰੋ। ਅਤੇ ਉਸ ਤੋਂ ਬਾਅਦ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਮੁਹੰਮਦ ਅਨਸਮਾਨ ਅਤੇ ਸਰਦਾਰ ਮੁਹੰਮਦ ਜ਼ਰਾਰ ਮਾਨ ਹੁਣਾਂ ਦਾ, ਜਿਨ੍ਹਾਂ ਨੇ ਸਾਡੀ ਸਾਂਭ ਸੇਵਾ ਕੀਤੀ ਮਾਨਾਵਾਲਾ ਅਤੇ ਕਿਲਾ। ਅਤੇ ਰਿਕੁਐਸਟ ਕਰਦਾ ਸਾਰੇ ਦੋਸਤਾਂ ਅੱਗੇ ਕਿ ਸਾਡਾ ਚੈਨਲ ਪੰਜਾਬੀ ਲਹਿਰ ਯੂਟਿਊਬ ਅਤੇ ਫੇਸਬੁੱਕ 'ਤੇ ਆ, ਇਹਨੂੰ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਦੋਸਤਾਂ ਤੱਕ ਇਹ ਵੀਡੀਓ ਪਹੁੰਚ ਸਕੇ। ਅਤੇ ਤੁਹਾਡੇ ਕੋਲ ਜ਼ਿਆਦਾ ਚੰਨਾ, ਰੱਬ ਰੱਖਾ, ਅਤੇ ਫਿਰ ਮਿਲਦੇ ਹਾਂ ਕਿਸੇ ਨਵੀਂ ਇੱਕ ਵੀਡੀਓ ਲੈ ਕੇ।